ਸੀਪੀ ਸਿੱਧੂ ਦੀ ਹੱਤਿਆ ਦੇ ਕਰੀਬ 7 ਸਾਲ ਬਾਅਦ આરોપી ਕਲਿਆਣੀ ਨੂੰ ਆਖਰਕਾਰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਸੀਪੀ ਦੀ ਮਾਂ ਦੀਪਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ بیٹے ਦੀ ਹਤਿਆਰਨ ਕਲਿਆਣੀ ਦੇ ਲਈ ਉਹ ਫਾਂਸੀ ਦੀ ਸਜ਼ਾ ਨਹੀਂ ਚਾਹੁੰਦੀ ਉਹ ਚਾਹੁੰਦੀ ਹੈ ਕਿ ਕਲਿਆਣੀ ਮਰਦੇ ਦਮ ਤੱਕ ਜੇਲ੍ਹ ਚ ਰਹੀ ਜਿਸ ਤਰ੍ਹਾਂ ਮੈਂ ਆਪਣੇ بیٹے ਦੀ ਮੌਤ ਤੇ ਇੰਨੇ ਸਾਲ ਹੰਝੂ ਬਹਾਏ ਉਸੇ ਤਰ੍ਹਾਂ ਕਲਿਆਣੀ ਦੀ ਮਾਂ ਵੀ ਤੜਪੇ ਸੀਪੀ ਸਿੱਧੂ ਦੀ ਮਾਂ ਨੇ ਦੱਸਿਆ ਕਿ ਕਲਿਆਣੀ ਅਕਸਰ ਸੀਪੀ ਨੂੰ ਧਮਕਾਉਂਦੀ ਸੀ ਕਿ ਉਹ ਉਸਦੇ ਨਾਲ ਵਿਆਹ ਕਰ ਦੋ ਕਰੇਗਾ ਦੀਪਿੰਦਰ ਕੋਰ ਨੇ ਕਿਹਾ ਕਿ ਮੈਂ ਅੱਜ ਵੀ ਉਸ ਪਲ ਨੂੰ ਯਾਦ ਕਰਕੇ ਰੋਂਦੀ ਹਾਂ ਕਿ ਕਾਸ਼ ਉਸ ਦਿਨ 20 ਸਤੰਬਰ ਨੂੰ ਮੈਂ ਸਿੱਪੀ ਨੂੰ ਕਲਿਆਣੀ ਨਾਲ ਮਿਲਣ ਲਈ ਨਾ ਭੇਜਿਆ ਹੁੰਦਾ ਤਾਂ ਸ਼ਾਇਦ ਉਹ ਘੜੀ ਟਲ ਜਾਂਦੀ ਮੇਰਾ ਬਹੁਤ ਸ਼ੁਕਰ ਹੈ ਜੀ ਬਹੁਤ ਬਹੁਤ ਮੈਂ ਤਾਂ ਪਹਿਲਾਂ ਵੀ ਸੀਗਾ ਮੈਨੂੰ ਤਾਂ ਰੱਬ ਤੇ ਇੰਨਾ ਕੁ ਯਕੀਨ ਹੈ ਵੀ ਜਦੋਂ ਹੈ ਹੀ ਉਹ ਬੇਟੇ 'ਚ ਮੇਰੇ 'ਚ ਕੋਈ ਔਗਣ ਹੀ ਨਹੀਂ ਸੀਗਾ ਕੋਈ ਕਿਸੇ ਵਾਸਤੇ ਕੁਝ ਨਾ ਉਹਦੀ ਕੋਈ ਗਲਤੀ ਸੀਗੀ ਗਲਤੀ ਸਾਡੀ ਸੀ ਵੀ ਅਸੀਂ ਇਹਨਾਂ ਨਾਲ ਦੋਸਤੀ ਪਾਈ ਇੰਨੇ ਸਾਲ ਪੁਰਾਣੀ ਕਾਹੀ ਬੱਚਿਆਂ ਦਾ ਆਪਸ ਵਿੱਚ ਮਿਲਣਾ ਹੋਇਆ ਇਹਦੇ ਪਾਪਾ ਦਾ ਫਰੈਂਡ ਸੀ ਇਹਦਾ ਫਾਦਰ ਉਥੇ ਹੀ ਸੀਪੀ ਸਿੱਧੂ ਦੇ ਭਰਾ ਜੀਪੀਸੀ ਧੂ ਨੇ ਕਿਹਾ ਕਿ ਜਸਟਿਸ ਸਬੀਨਾ ਅਤੇ ਉਹਨਾਂ ਦਾ ਪਰਿਵਾਰ ਸਾਲ 1991 ਤੋਂ ਇੱਕ ਦੂਜੇ ਨੂੰ ਜਾਣਦਾ ਸੀ ਉਹਨਾਂ ਦਾ ਪਰਿਵਾਰ ਵਕਾਲਤ ਨਾਲ ਜੁੜਿਆ ਹੋਇਆ ਸੀ ਸੀਪੀ ਦੇ ਦਾਦਾ ਹਾਈ ਕੋਰਟ 'ਚ ਜੱਜ ਸਨ ਉਥੇ ਹੀ ਪਿਤਾ ਪੰਜਾਬ ਸਰਕਾਰ 'ਚ ਐਡੀਸ਼ਨਲ ਐਡਵੋਕੇਟ ਜਨਰਲ ਸੀ ਸਾਲ 2008 'ਚ ਉਹਨਾਂ ਦੀ ਮੌਤ ਹੋ ਗਈ ਸੀ ਜੀਪੀਸੀ ਸਿੱਧੂ ਨੇ ਕਿਹਾ ਕਿ ਉਸ ਦੇ ਭਰਾ ਦੀ ਹੱਤਿਆ ਮਾਮਲੇ 'ਚ ਜਸਟਿਸ ਸਬੀਨਾ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਦੀ ਬੀਟੀ ਹੱਤਿਆ ਮਾਮਲੇ ਚ ਫਸੀ ਹੋਈ ਹੈ ਅਤੇ ਜਸਟਿਸ ਸਬੀਨਾ ਦੀ ਵੀ ਇਸ ਮਾਮਲੇ ਚ ਅਹਿਮ ਭੂਮਿਕਾ ਰਹੀ ਹੋਵੇਗੀ ਤੇ ਤਾਂ ਅੱਧੀ ਲੜਾਈ ਲੜੀ ਗਈ ਹੈ ਅਸੀਂ ਤਾਂ ਫਰਮ ਦਾ ਡੇ 1 ਵੀ ਆਰ ਸੇਇੰਗ ਕਿ ਆ ਕੁੜੀ ਇਨਵੋਲਡ ਹੈ ਤੇ ਐਂਡ ਵੀ ਆਰ ਨਾਟ ਸੇਇੰਗ ਕੱਲੀ ਕਿ ਆ ਕੱਲੀ ਕੁੜੀ ਇਨਵੋਲਡ ਹੈ ਅਸੀਂ ਐਂ ਕਹਿ ਰਹੇ ਆ ਕਿ ਇਹਦੀ ਸਾਰੀ ਫੈਮਲੀ ਇਨਵੋਲਡ ਹੈ ਤੇ ਚਲੋ ਅਲਟੀਮੇਟਲੀ ਇਹਨੂੰ ਅਰੈਸਟ ਕਰ ਲਿਆ ਚਾਰ ਦਿਨਾਂ ਦੇ ਰਿਮਾਂਡ ਤੇ ਚਲੀ ਗਈ ਹੈ ਹੁਣ ਅੱਗੇ ਆ ਸਾਰਾ ਦੱਸੂਗੀ ਕਿ ਕੌਨਸਪੀਰੇਸੀ ਤਾਂ ਇਹਦੀ ਸੀ ਕਿ ਆ ਸੀਗੀ ਉੱਥੇ ਹੋਰ ਕੌਣ ਕਿਹੜਾ ਐਗਜ਼ੀਕਿਊਟਰ ਸੀਗਾ ਉੱਥੇ ਐਂਡ ਵੈਪਨ ਕਿਹੜਾ ਯੂਜ਼ ਕੀਤਾ ਵਹੀਕਲ ਕਿਹੜਾ ਯੂਜ਼ ਕੀਤਾ ਸਾਰਾ ਕੁਝ ਉਹਨਾ ਹੀ ਦੱਸੂਗੀ ਦੱਸਦੀ ਕਿ 20 ਸਤੰਬਰ 2015 ਨੂੰ ਸੈਕਟਰ ਨੇਬਰਹੂਡ ਪਾਰਕ ਨੇੜੇ ਨੈਸ਼ਨਲ ਸ਼ੂਟਰ ਅਤੇ ਪੀਸ਼ੀ ਤੋਂ ਵਕੀਲ ਮੁਹਾਲੀ ਦੇ ਸਿੱਪੀ ਦੀ ਲਾਸ਼ ਮਿਲੀ ਸੀ ਉਸਦੇ ਬਾਅਦ ਤੋਂ ਹੀ ਸਿੱਪੀ ਦੇ ਪਰਿਵਾਰਕ ਮੈਂਬਰ ਕਲਿਆਣੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸੀ ਅਤੇ ਆਖਰਕਾਰ ਹੁਣ 7 ਸਾਲ ਬਾਅਦ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ